लाइव एक्सप्रेस अब व्हाट्सएप पर भी उपलब्ध है। अपने व्हाट्सएप पर खबरें पाने के लिए हमारे व्हाट्सएप नंबर 7060012630 पर हाई लिखकर मैसेज करें और पाएं ताज़ा तरीन खबरें। लाइव एक्सप्रेस अब यूट्यूब पर भी उपलब्ध है। यूट्यूब पर लाइव एक्सप्रेस देखने के लिए हमारे यूट्यूब चैनल को सब्सक्राइब करें और टाइप करें liveexpress.tv और पाएं ताज़ा तरीन खबरें। पंजाब भर में पुलिस की हो रही है भर्ती। भर्ती होने के इच्छुक नौजवानों को गुमराह कर ठगी करने की नियत से उच्च पुलिस अधिकारियों के नाम पर पैसे लेने संबंधी बातचीत सामने आने से इन दलालों को काबू करने के लिए भटिंडा पुलिस ने एक मुहिम चलाई थी, जिसके तहत इस मुहिम के दौरान CIA स्टाफ ने बाईपास गोनियाना नाके के दौरान दो दलालों में से एक दलाल शरणदीप सिंह को धर दबोचा। जानकारी के अनुसार इसका दूसरा साथी सतपाल अभी पुलिस की गिरफ्त से फरार है। इनके पास से 50,000 रुपए बरामद किए गए हैं। जिहड़ी पुलिस दी भर्ती चल रही जी कॉन्स्टेबल दी पंजाब, इहदे विच सानू इनफॉर्मेशन आई सी कि दो मुंडे ने जिहड़े कि भोले भाले लोकां नू फसा के उहनां तों पैसे लै रहे ने कि असीं तुहाडी भर्ती करवा दांगे ते पुलिस च नंबर दवा दांगे। उस इनफॉर्मेशन दे बेसिस ते CIA 2 इंचार्ज ASI तरजिंदर सिंह ने ਇਹਨਾਂ 'ਚੋਂ ਇੱਕ ਬੰਦੇ ਨੂੰ ਸ਼ਰਨਦੀਪ ਸਿੰਘ ਨੂੰ ਕਾਬੂ ਕੀਤਾ ਅਤੇ ਉਹਦੀ ਨਿਸ਼ਾਨਦੇਹੀ 'ਤੇ ਰਿਕਵਰੀ ਕੀਤੀ ਹੈ ਅਤੇ ਉਹਨੇ ਹੀ ਦੂਜੇ ਬੰਦੇ ਬਾਰੇ ਵੀ ਦੱਸਿਆ ਹੈ ਕਿ ਸਤਪਾਲ ਸਿੰਘ ਨਾਮ ਦਾ ਇੱਕ ਬੰਦਾ ਹੈ ਜਿਹਦਾ ਕਿ ਫਾਦਰ ASI ਹੈ ਪਟਿਆਲਾ ਪੁਲਿਸ 'ਚ, ਉਹ ਵੀ ਇਹਦੇ ਨਾਲ ਸੀ ਇਹਨਾਂ ਠੱਗੀਆਂ ਮਾਰਨ 'ਚ। ਇਹਨਾਂ ਨੇ ਟੋਟਲ 7 ਬੰਦਿਆਂ ਨੂੰ ਇਹ ਪ੍ਰੋਮਿਸ ਕੀਤਾ ਸੀ ਕਿ ਅਸੀਂ ਨੰਬਰ ਤੁਹਾਨੂੰ ਦਵਾ ਦਾਂਗੇ ਅਤੇ ਉਹਨਾਂ ਕੋਲੋਂ ਇਹਨਾਂ ਨੇ 8.5 ਲੱਖ ਰੁਪਈਆ ਲਏ, ਉਹਦੇ 'ਚੋਂ 50,000 ਰੁਪਏ ਕੀਤਾ, ਬਾਕੀ ਜਿਹੜਾ ਉਹ ਸਤਪਾਲ ਸਿੰਘ ਕੋਲ ਜਿਸ ਤਰ੍ਹਾਂ ਹੀ ਉਹ ਫੜਿਆ ਜਾਏਗਾ ਉਹਦੇ ਤੋਂ ਪੈਸੇ ਰਿਕਵਰ ਕਰਾਂਗੇ। ਕਿੱਥੋਂ ਦੇ ਰਹਿਣ ਵਾਲੇ ਸੀ ਇਹ? ਇੱਕ ਜਿਹੜਾ ਉਹ ਨਈਆਂ ਵਾਲੇ ਥਾਣੇ ਦਾ ਰਹਿਣ ਵਾਲਾ, ਜਿਹੜਾ ਸਤਪਾਲ ਸਿੰਘ ਹੈ ਉਹ ਕੁਆਟਰ 'ਚ ਰਹਿੰਦਾ ਪਟਿਆਲਾ ਪੁਲਿਸ। ਪਰ ਬੰਦਾ ਕਿੰਨੇ ਰੁਪਏ ਲੈਂਦੇ ਸੀ? ਪਰ ਬੰਦੇ ਇਹਨਾਂ ਨੇ 7.5 ਲੱਖ ਦੀ ਡਿਮਾਂਡ ਕੀਤੀ ਸੀ ਅਤੇ ਜਿਹੜਾ ਐਡਵਾਂਸ ਲਿਆ ਸੀ 7 ਬੰਦਿਆਂ ਦਾ ਟੋਟਲ 8.5 ਲੱਖ। ਇਹ ਕਹਿੰਦੇ ਸੀ ਕਿ ਸਾਡੇ ਵੱਡੇ ਅਧਿਕਾਰੀਆਂ ਨਾਲ ਜਾਣ ਪਹਿਚਾਣ ਹੈਗੀ ਹੈ, ਪਰ ਹਜੇ ਤੱਕ ਕਿਸੇ ਦਾ ਨਾਮ ਸਾਹਮਣੇ ਨਹੀਂ ਆਇਆ, ਨਾ ਕੋਈ ਇਹੋ ਜਿਹੀ ਚੀਜ਼ ਸਾਹਮਣੇ ਆਈ ਕਿ ਇਹਨਾਂ ਨੇ ਕਿਸੇ ਦਾ ਨਾਮ ਲਿਆ। ਜਿਹੜੇ ਇਹਨਾਂ ਦੇ ਬੰਦੇ ਜਿਨ੍ਹਾਂ 'ਤੇ ਇਹਨਾਂ ਨੇ ਪੈਸੇ ਲਏ ਨੇ ਉਹਨਾਂ ਨਾਲ ਇਹਨਾਂ ਦੀ ਪੁਰਾਣੀ ਜਾਣ ਪਹਿਚਾਣ ਸੀ ਅਤੇ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਭਰਤੀ ਵਾਸਤੇ ਫੋਰਮ ਭਰੇ ਹੋਏ ਨੇ, ਉਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਇਹਨਾਂ ਨੇ ਉਹਨਾਂ ਨਾਲ ਕੰਟੈਕਟ। आज़ादी के मौके पर आज जालंधर में भाजपा ने निकाली तिरंगा यात्रा। देश की आज़ादी की 70वीं वर्षगांठ पर पूरे देश में 9 से 22 अगस्त तक तिरंगा यात्रा निकालने के ऐलान के बाद आज तिरंगा यात्रा निकाली गई। भाजपा के सीनियर नेता मनोरंजन कालिया और प्रदेश प्रधान विजय सांपला ने इस रैली को रवाना किया और यात्रा के बारे में जानकारी दी। ਅੱਜ ਦੇਸ਼ ਦੀ 70ਵੀਂ ਵਰੇਗੰਢ ਜਿਹੜੀ ਪੂਰੇ ਦੇਸ਼ ਦੇ ਵਿੱਚ ਮਨਾਈ ਜਾ ਰਹੀ ਹੈ ਆਜ਼ਾਦੀ ਦੀ, ਔਰ ਇਹ ਯਾਤਰਾ ਜਿਹੜੀ ਪੂਰੇ ਦੇਸ਼ ਦੇ ਵਿੱਚ ਅੱਜ ਪੂਰੇ ਇਹ ਅੱਜ ਦੇ ਦਿਨ ਜਿਹੜੀ ਹੈ ਤਿਰੰਗਾ ਯਾਤਰਾ ਸ਼ੁਰੂ ਕਰ ਰਹੇ ਅਸੀਂ। ਵੈਸੇ ਇਹ ਕਾਰਜਕ੍ਰਮ ਸਾਡਾ ਜਿਹੜਾ ਦੇਸ਼ ਦੀ 70ਵੀਂ ਵਰੇਗੰਢ ਦੇ ਉੱਤੇ 9 ਅਗਸਤ ਤੋਂ ਲੈ ਕੇ 22 ਅਗਸਤ ਤੱਕ ਸਾਨੂੰ ਆਹਵਾਨ ਹੈ। 9 ਅਗਸਤ ਇਸ ਕਰਕੇ ਸੀ ਕਿ ਉਸ ਦਿਨ 9 ਅਗਸਤ 1942 ਨੂੰ ਅੰਗਰੇਜ਼ੋ ਭਾਰਤ ਛੋੜੋ ਦੀ ਲਹਿਰ ਸ਼ੁਰੂ ਹੋਈ ਸੀ, ਅੱਜ ਉਹਦੇ 75 ਸਾਲ ਜਾਣੀ ਉਹਦੇ 9 ਅਗਸਤ ਨੂੰ ਪੂਰੇ ਹੁੰਦੇ ਸੀ, ਔਰ 15 ਅਗਸਤ ਨੂੰ ਜਿਹੜੇ ਆ ਸਾਨੂੰ 70 ਸਾਲ ਪੂਰੇ ਹੋ ਜਾਂਦੇ, ਔਰ 70 ਸਾਲ ਪੂਰੇ ਹੋਣ ਦੇ ਉੱਤੇ ਇਸ ਨੂੰ ਦੇਸ਼ ਨਿਵਾਸੀਆਂ ਵੱਲੋਂ ਬੜੀ ਜੋਸ਼ੋ ਖਰੋਸ਼ ਨਾਲ ਔਰ ਵਿਸ਼ੇਸ਼ ਰੂਪ 'ਚ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਕਾਰਕੁਨ ਜਿਹੜੇ ਆ ਉਹ ਇਸ ਨੂੰ ਬੜੇ ਉਤਸਵ ਦੇ ਰੂਪ ਦੇ ਵਿੱਚ ਮਨਾ ਰਹੇ ਕਿ 70ਵੀਂ ਵਰੇਗੰਢ ਦੇ ਰੂਪ ਦੇ ਵਿੱਚ, ਔਰ ਇਹ ਅੱਜ ਪੰਜਾਬ ਦੇ ਵਿੱਚ ਹੀ ਸਿਰਫ ਅੱਜ ਪੰਜਾਬ ਦੇ ਵਿੱਚ ਹੀ 275 ਜਗ੍ਹਾ ਤੋਂ ਵੱਧ ਜਗ੍ਹਾ ਦੇ ਉੱਤੇ ਜਿਹੜੀ ਇਹ ਯਾਤਰਾ ਨਿਕਲ ਰਹੀਆਂ, ਔਰ 6 ਯਾਤਰਾ ਜਿਹੜੀਆਂ ਜਲੰਧਰ ਦੇ ਵਿੱਚੋਂ ਹੀ ਨਿਕਲ ਰਹੀਆਂ, ਚਾਰੇ ਕੰਸਟੀਚੁਐਂਸੀਆਂ ਦੇ ਵਿੱਚੋਂ 6 ਜਗ੍ਹਾ ਦੇ, ਕਿਉਂਕਿ ਕੈਂਟ ਗੜਾ ਇਹਦੇ 'ਚ ਥੋੜ੍ਹਾ ਸ਼ਹਿਰ ਤੋਂ ਹਟ ਗਿਆ, ਬਾਕੀ 3 ਵਿਧਾਨ ਸਭਾ ਲਗਭਗ 6 ਜਗ੍ਹਾ 5 ਔਰ 6 ਜਗ੍ਹਾ ਦੇ ਵਿੱਚੋਂ ਇੱਥੋਂ ਨਿਕਲ ਰਹੀ ਹੈ, ਔਰ ਇਹ ਸਾਨੂੰ ਜਿੱਥੇ ਸਾਡੀ ਵਰੇਗੰਢ ਦਾ ਮਨਾਉਣ ਦਾ ਮੌਕਾ ਮਿਲ ਰਿਹਾ ਉੱਥੇ ਸਾਨੂੰ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਜਿੱਥੇ ਆਪਣੀ ਰਾਜਨੀਤਿਕ ਪਾਰਟੀ ਨਾਲ ਜੁੜੇ ਆ ਉੱਥੇ ਦੇਸ਼ ਦੇ ਪ੍ਰਤੀ ਆਪਣੀ ਜਿਹੜੀ ਹੈ ਭਾਵਨਾਵਾਂ ਵਿਅਕਤ ਕਰਨ ਦੇ ਲਈ ਵੀ ਜਿਹੜਾ ਸਾਨੂੰ ਇਹ ਮੌਕਾ ਆ,
और नैशनल स्पीड जिहड़ी है साडे विच घटदी जा रही है और माननीय नरेंद्र मोदी जी का आह्वान है कि देश प्यार दे नाल भी साडे कार्यकर्ता नूं जुड़ना और देशवासियों नूं जुड़ना चाहिए और इसे तहत अज असी जिहड़ी है ये तिरंगा यात्रा जिहड़ी कढ रही है अज शुरू हो रही है और ये तिरंगा यात्रा 22 तरीक तक और ये जिहड़े साडे केंद्रीय मंत्री भी लगभग 8 तो 10 केंद्रीय मंत्री जिहड़े आ ਉਹ ਇਸ ਦੇ ਵਿੱਚ ਹਿੱਸਾ ਲੈਣ ਲਈ ਆ ਰਹੇ ਆ ਜਿਹਦੇ ਵਿੱਚ ਜਲਿਆਂਵਾਲਾ ਬਾਗ ਵੀ ਹੈ ਖਟਕੜ ਕਲਾਂ ਜਿੱਥੇ ਭਗਤ ਸਿੰਘ ਜੀ ਦੀ ਜਨਮ ਸਥਲੀ ਵੀ ਹੈ ਊਧਮ ਸਿੰਘ ਦੀ ਸੁਨਾਮ ਇਸੇ ਤਰ੍ਹਾਂ ਮਦਨ ਲਾਲ ਢੀਂਗਲਾ ਦੀ ਅੰਮ੍ਰਿਤਸਰ ਇਹ ਸਾਰੀਆਂ ਜਿਹੜੀਆਂ ਮਹਾਨ ਸ਼ਖਸੀਅਤ ਹੈ ਉਹਨਾਂ ਨੂੰ ਨਿਮਨ ਕਰਨ ਦੇ ਲਈ ਕੇਂਦਰੀ ਮੰਤਰੀ ਉੱਥੇ ਆਉਣਗੇ ਔਰ ਉਹਨਾਂ ਨੂੰ ਦੇਸ਼ ਦੇ ਲਈ ਅੱਜ ਜਿਹੜੀ ਆਜ਼ਾਦੀ ਦੀ ਇਸ ਲਹਿਰ ਦੇ ਵਿੱਚ ਅੱਜ 70 ਸਾਲ ਪੂਰੇ ਉਹਦੇ ਲਈ ਉਹਨਾਂ ਦੇ ਯੋਗਦਾਨ ਦੇ ਲਈ ਸ਼ਰਧਾਂਜਲੀ ਵੀ ਭੇਟ ਕਰਨਗੇ ਇਹਨੂੰ ਲਾ ਦੇ ਹੈਲੋ ਸਰ ਉਸਦੇ ਬਾਰੇ ਕੀ ਕਹਿਣਾ ਚਾਹੁੰਦੇ ਕਿਹੜਾ ਤਿਰੰਗਾ ਐਸਾ ਹੈ ਕਿ ਕਿਸੇ ਨੂੰ ਵੀ ਪੁੱਠਾ ਤਿਰੰਗਾ ਝੰਡਾ ਲਗਾਉਣ ਦੀ ਆਗਿਆ ਨਹੀਂ ਹੈ ਅਗਰ ਜੇ ਕਿਸੇ ਨੇ ਲਗਾਇਆ ਤਾਂ ਉਹਨੂੰ ਬਕਾਇਦਾ ਅਸੀਂ ਦੇਖਾਂਗੇ ਔਰ ਸਾਡਾ ਜਿਹੜਾ ਇਸ ਯਾਤਰਾ ਦਾ ਪਹਿਲਾ ਮੂਲ ਭਾਵਨਾ ਮੇਰਾ ਖਿਆਲ ਜਿੱਥੇ ਤੱਕ ਅਸੀਂ ਪੱਤਰਕਾਰਤਾ ਕਰਦੇ ਹਾਂ ਉੱਥੇ ਸਾਨੂੰ ਇਹ ਭਾਵਨਾ ਨੂੰ ਉਜਾਗਰ ਕਰਨ ਵਾਲੀ ਜਿਹੜੀ ਆ ਉਸ ਵਿਰਤੀ ਨੂੰ ਵੀ ਉਜਾਗਰ ਕਰਨ ਦੀ ਲੋੜ ਹੈ लाइव एक्सप्रेस अब व्हाट्सएप पर भी उपलब्ध है अपने व्हाट्सएप पर खबरें पाने के लिए हमारे व्हाट्सएप नंबर 7060012630 पर हाई लिखकर मैसेज करें और पाएं ताज़ा तरीन खबरें लाइव एक्सप्रेस अब यूट्यूब पर भी उपलब्ध है यूट्यूब पर लाइव एक्सप्रेस देखने के लिए हमारे यूट्यूब चैनल को सब्सक्राइब करें और टाइप करें liveexpress.tv और पाएं ताज़ा तरीन खबरें